ਪੁੱਤਰਾ ਮਾਰਿਆ, 200 ਵੀ ਜਿਹੜੇ ਆਨੇ ਨੇ ਉਹ ਵੀ ਰੋਣੇ, 500 ਵਾਲੇ ਵੀ ਰੋਣੇ, ਪੂਰੀ ਕੁਸੈਨੀ ਵੀ ਨਹੀਂ ਪੈਣੀ ਲੱਗੀ ਵੀ ਬਾਈ। ਉਹ ਲੈ ਮਾਂ ਸਦਕੇ ਗੋਰੀਆਂ ਘਰ ਚਣੀਆਂ ਸਨ, ਆਪੋ ਅੱਛੀ ਘਰ ਡੋਰ ਬਾਈ ਡੋਰ ਕਰਨੀਆਂ ਸਨ, ਤੇ ਆਣੇ ਸਨ ਬਾਈ ਇੰਗਲਿਸ਼ ਸਿੱਖੋ, ਤੇ ਜਿਸ ਕੁਛ ਕਰਮ ਵਾਲੇ ਸਿੱਖੀ ਗਿਆ ਤਾਂ ਉਸਕੀ ਤਾਂ ਫਾਇਦਾ ਹੀ ਹੋਈ ਗਿਆ ਬਾਈ, ਪਰ ਅਸਾਂ ਤਾਂ ਧੀਏ ਸਿੱਖੀ ਕੌਣ ਸੀ ਬਾਈ, ਖਾਲਦਾ ਮਾੜੀ ਦਰਾਣੀ ਦਾ ਘਰ ਨਵੇਂ ਬਾਣੀਆਂ ਬਾਈ, ਉਹ ਫਿਰ ਕਿਚਰ ਬਾਈ ਅਚਨੀਰੀ ਕਰਨੀ ਰਹੀ, ਉਹ ਵਿਚਾਰੀ ਵੀ ਅੱਛਾ ਜਿਹੜਾ ਕਿਹਾ ਸੀ ਉਹ ਦੱਸਣੀ ਸੀ, ਪਰ ਮੈਂ ਕਿਹਾ ਛੋੜ ਭਰੇ ਮਾੜੇ ਕੋਲ ਨਹੀਂ ਸੁਨੇ ਕੋਲ ਬਹਿਣ ਆਉਣਾ ਘੰਟਾ, ਤਾਂ ਮਾੜਾ ਮੁੜਾ ਹੁਣ ਬੜਾ ਹੋਇਆ ਆਪੇ ਜਾਣਾ ਸਕੂਲ, ਮੁੜਸੀ ਜਿਹੜੀ ਚੀਜ਼ ਲੋੜੀ ਨਹੀਂ ਉਸੀ ਨਾ, ਮੈਂ ਸਮਝ ਜਾਈ ਕਿ ਕਿੰਨੀ ਅੱਛੀ ਆ ਬਾਈ ਜਾਈ ਕਿ ਦਸ ਵਜੇ ਤੁਹਾਡੇ ਮਾਵਣ ਸ਼ਿਫਟ ਹੋਣੀ ਸੀ, ਤੇ ਮਾੜੇ ਨਿੱਕੇ ਜਿਹੜੇ ਦੋ ਸਗੀਰ ਤੇ ਸ਼ਫੀਕ ਹੋਣੇ ਸਨ, ਮੈਂ ਇਹਨਾਂ ਤੇ ਦੋਵਾਂ ਲਈ ਪੁਸ਼ੇਰ ਕਿੰਦੀ ਹੋਣੀ ਸੀ, ਜਿਸਨੇ ਦੋ ਬੱਚੇ ਬਹਿਣੇ, ਮੈਂ ਉਹ ਪੁੱਛੇ ਕਹਿੰਦੀ ਵੈ, ਤੇ ਉਹ ਮਾੜਾ ਮਾਵਲਾ ਵੀ ਜਿਹੜਾ ਨਾ ਉਸਨੀ ਸ਼ਿਫਟ ਇਹਨਾਂ ਨੇ ਗੱਠੀ ਹੋਣੀ ਸੀ, ਚੁੱਪ ਕਰੀ ਨਹੀਂ ਕਹਿਣਾ, ਇਹ ਮਸਜਿਦ ਵਾਲੀ ਸੀ ਚੀਟਾ ਪਰਲੀ 'ਚ, ਵੀ ਸਾਇਰਾਂ ਉੱਥੇ ਰਹਿਣੀਆਂ ਸਨ, 8 ਵਜੇ ਖਵਾਈ ਪਕਾਈ ਕੇ ਚੁੱਪ ਕਰੀ ਕਿ ਨਹੀਂ ਕਿ ਨਹੀਂ ਕਿ ਉੱਥੇ ਲੈ ਜਾਂ, ਜਲੈ 10:30 ਤਾਂ ਇਹਨਾਂ ਮੈਂ ਹੁਣ ਤਿਆਰ ਵੀ ਹੋ ਤਾਂ ਨੰਗੋ ਜੁਲਾ, ਮਨੀਰ ਸ਼ਬੀਰ ਵੀ ਹੋਣੇ ਸਨ, ਇਹ ਵੀ ਉੱਥੇ ਮਾਸੀ ਨੇ ਵੀ ਜੁਲੇ ਉੱਥੇ ਬੈਠੇ, ਮੁੜੇ ਫਿਰ ਨਹੀਂ ਆਹ ਨੰਗੋ ਜੁਲਾਂ ਬੇਕਾਰ, ਉਹਨਾਂ ਅਛਨੇ ਤੋਂ ਪਹਿਲੇ ਅੱਛਾ ਅੱਛੀ ਕਹਿ ਜਿਹੜਾ ਥੋੜ੍ਹਾ ਵਿੱਚ ਕਰਾਂ ਉਹਨਾਂ ਵਾਸਤੇ ਵੀ ਕੁਤਰੀ ਖਤਰੀ ਸਲਾਦ ਖਿਲਾਦ ਰੱਖੀ ਕਹਿ, ਤਾਂ ਆਪਾਂ ਦੋ ਬਾਈਕ ਜਿਲ੍ਹਾ ਕੰਮੇ ਪਰੋਛਾਂ ਗਏ ਰੇੜੀ ਕਿਤੇ ਆਵੇ ਸਭ ਕੁਛ, ਤਾਂ ਉਹਨ ਮਾੜੀ ਗਏ ਤੀ ਗਏ ਇੱਥੋਂ ਹੈ ਤਾਂ ਪਾਰਲੀ ਡੋਰਾ ਵਿੱਚ ਨਹੀਂ ਕੋਈ ਰਾਤੀ ਜਾਣਾ, ਤਾਂ ਅਸਾਂ ਤਾਂ ਸੋਹਣਾ ਵਕਤ ਗੁਜ਼ਾਰਿਆ ਸੀ, ਪਰ ਹੁਣ ਜਿਹੜਾ ਹੁਣ ਕਦੇ ਤੁਸੀਂ ਲੋੜੋ ਵਕਤ ਹੈ ਵੀ ਇਸ ਕਹਿ ਹੁਣ ਦਰਿਆ ਪਰ ਦਰ ਵੈ ਤਾਂ ਉੱਥੇ ਵੀ ਕੋਈ ਡਰਨਾ ਜਾਣਾ, ਕੋਈ ਪਤਾ ਹੀ ਕੋਈ ਬੇ ਸਦਕਾ, ਤਾਂ ਅਸਾਂ ਤਾਂ ਮਾਂ ਸਦਕਾ ਸ਼ਾਸ਼ਤ ਗੁਜ਼ਾਰੇ, ਤੇ ਜਿਲ੍ਹਾ ਲੋਕਾਂ ਨੇ ਨਾ ਹੁਣ ਬੁਲਾਏ ਤਾਂ ਕਈ ਮੇਰੇ ਘਰ ਜਾਂ ਤਾਂ ਪੁੱਛਣੀਆਂ ਅਣੀਆਂ ਬੁਲਾਏ, ਤਾਂ ਮੈਂ ਨਾ ਬੁਲਾਏ ਤਾਂ ਨਾ, ਪਰ ਕਦੇ ਹੁਣ ਤੁਸੀਂ ਜਾਓ ਨਾ ਤਾਂ ਤੁਸੀਂ ਪਤਾ ਲੱਗਾ ਵੀ ਤੁਸੀਂ ਆਣੀਆਂ ਆਪੋ ਹੋਈਆਂ ਨਾ, ਹੁਣ ਲੋਕਾਂ ਹੀ ਡਰਾਣੀਆਂ ਹੁਣ ਡਰਾਣੀਆਂ ਨੂੰ ਬਾਈ ਇਹ ਜਾ ਕੁਝ ਨਹੀਂ, ਮੈਂ ਅਜੇ ਜਾਓ ਨਾ ਵਲਾਇਤ ਸਾੜੀ ਵਾਰੀ ਸੀ, ਹੁਣ ਵਲਾਇਤ ਨਹੀਂ ਹੁਣ ਕੈਦ ਹੈ ਜਿਹੜੀ ਹੈ ਨਾ, ਇਹ ਹੁਣ ਮਿੱਠੀ ਜੇਲ੍ਹ ਹੈ ਤੁਸੀਂ ਭੁਗਤੋ ਪਵਣੀਆਂ, ਪਰ ਵਲਾਇਤ ਉਹ ਐਸੀ ਬਚ ਗਏ ਮਾੜ ਗਏ, ਇਹ ਗਰੀਬ ਭੈਣ ਭਰਾ ਵੀਰ ਭੈਣਾਂ ਭਰਾ ਬਾਰ ਤਾਰ ਸਭ ਅੱਛੀ ਕਹਿ ਕੰਮਾਂ ਵਾਲੇ ਜਿਹੜੇ ਨਾ ਕਸਮੇ ਅੱਛੀ ਵਹਿਣ ਰੌਣਕਾਂ ਲੱਗੀਆਂ ਵਹਿਣ ਧੀਏ ਮਾੜ ਗਏ, ਅੱਬਰ ਤਾਂ ਅੱਜ ਕੱਲ੍ਹ ਜਾਣਾ ਹੀ ਕਿਸੇ ਨੇ ਕੋਈ ਨਹੀਂ, ਜੇ ਕੋਈ ਜਾਏ ਤਾਂ ਲੋਕਾਂ ਨੇ ਫਲਾਣੇ ਤਾਂ ਆਖਾਂ ਰੋਜ਼ ਇਹਨਾਂ ਨੂੰ ਬੱਸ ਵੀ ਗਿਆ ਆ ਜਿਹੜਾ ਨਾ ਠੀਕ ਹੈ ਤਾਂ ਟੁਰੀ ਪੈਣੇ ਠੀਕ ਹੈ ਬਹਿਣੇ, ਤਾਂ ਸਾਡੇ ਵਾਰੀ ਧੀਏ ਕਿ ਤੁਹਾਡਾ ਬਹਿਆ ਹੈ ਕੈਸੀ ਚਾਹ ਕੁੱਟ ਜੇ ਆਏ ਨਾ ਤਾਂ ਮੈਂ ਕੱਚੀ ਚਾਂਸ ਪੀਣੀ ਹੋਣੀ, ਚਾਹ ਪਕਾਉਣੀ ਹੈ ਤਾਂ ਦੇਣੀ ਹੈ ਜਿਹੜੀ ਹੈ ਨਾ, ਤੇ ਜਾ ਬਿਸਕਟਾਂ ਵਿੱਚ ਮਾੜਾ ਭਰਾ ਜਿਹੜਾ ਨੇ ਬਿਸਕਟਾਂ ਹੀ ਕੰਮ ਕਰਨਾ ਉਹਨੂੰ ਸੀ, ਤਾਂ ਹਰ ਰੰਗਾਂ ਨੇ ਬਿਸਕਟ ਇਸਨੇ ਕੋਲੋਂ ਉੱਥੋਂ ਬਈ ਜਿਹੜੇ ਇਹਨਾਂ ਨਵਾਇਆ ਕਰਾਂ, ਤਾਂ ਜੇ ਕੋਈ ਆਪਣੇ ਮਾਵਲੇ ਹੀ ਸਨ ਲੋਕ ਕੌਣ ਕਿਸੇ ਨੇ ਇਛਣਾ ਸੀ, ਅੱਛਣ ਕੋਈ ਚਾਚੇ ਤਾਂ ਇਹ ਅੱਛਣ ਜਾ ਬਈ ਇਸੇ ਤਰ੍ਹਾਂ ਚਾਹ ਬਣਾਓ ਬਿਸਕਟ ਅੱਗੇ ਰੱਖੀ ਜੋੜੋ, ਨਾ ਪਕੌੜਿਆਂ ਨਹੀਂ ਜਾਇਜ਼ ਸੀ ਨਾ ਸਮੋਸਿਆਂ ਨਹੀਂ ਸੀ ਧੀਏ, ਨਾ ਗੱਲ ਤਾਂ ਕਰੀ ਗਿਆ ਨਾ ਬਾਈ, ਹੁਣ ਵਡਿਆਈਆਂ ਤੁਹਾਡੇ ਨਾਲ ਬਾਂ ਬਾਈ, ਤਾਂ ਇਹ ਕੁਝ ਮੁੜੀ ਕਹਿ ਹੁਣ ਤਾਂ ਜਿਹੜਾ ਉਲਟ ਪਲਿਆਟ ਹੈ ਸਭ ਕੁਝ ਕੋਈ ਲੋਕ ਘਰਾਂ 'ਚ ਹੀ ਕਰਨਾ, ਕੋਈ ਭਰੀ ਕੋਈ ਖਾਣੇ ਨਾ ਸਵਾਦ ਹੈ ਕੋਈ ਜ਼ਾਇਕਾ ਹੈ ਕੋਈ ਨਹਾਉਣੇ, ਤਾਂ ਅਸਾਂ ਹੀ ਬਚ ਗਏ ਮਰ ਗਏ ਜਿਹੜੀ ਹੈ ਨਾ, ਜਦੋਂ ਫਿਰ ਜਿਲ੍ਹਾ ਇਹ ਥੋੜ੍ਹਾ ਥੋੜ੍ਹਾ ਟੁਰਿਆ ਬਈ ਤੂੰ ਪਾਕਿਸਤਾਨੋਂ ਆਈ ਹੈ ਤੁਹਾਡੀ ਰੋਟੀ ਬਣਾਈ ਹੈ, ਅਤੇ ਤੂੰ ਅਸੇ ਤਾਂ ਮੰਮੀ ਨਾਈ ਹੋਣਾ ਸੀ ਜੰਡੀ ਜੰਡੀ ਇੱਥੇ ਪਿੰਡੀ ਕੋਲ ਜੰਡੀ ਗਰਾਣਾ ਨਾਂ ਸੀ ਉੱਥੇ ਨਹਾਉਣਾ ਸੀ, ਜੋ ਉਹ ਕੋਪਰੇਟਿਵ ਸਟੀਟਾਂ 'ਚ ਅੱਸਾਂ ਵਾਲਾ ਮਕਾਨ ਫਿਰ ਕੁਰਸ਼ੈਦ ਵਾਲਾ ਅੱਸਾਂ ਕਹਿੰਦਾ ਨਾ, ਤਾਂ ਅੱਸਾਂ ਕੋਲੋਂ ਅਬੂ ਉਸ ਬੁੱਢੇ ਕਹਿੰਦਾ ਇਹ ਮਕਾਨ, ਉਹ ਜਿਹਾ ਜਵਾਨ ਸੀ ਵਿਚਾਰਾ ਬੁੱਢਾ ਤਾਂ ਹੁਣ ਹੋਈ ਕਿਆ ਪਿਆ ਨਾ, ਤਾਂ ਇਹ ਕਿ ਦੇਸ ਤਾਂ ਮਾੜੀ ਪੁਗਾਰ ਕਰੂੰ ਆਏ
ਘਰੋਂ ਆਏ ਤਾਂ ਉਸ ਰੋਟੀ ਪਕਾਈ ਸਾੜੀ। ਮੈਂ ਆਖਾਂ ਵੀ ਮਾਵਾਂ ਬਈ ਕੈਮ ਆਖਾ ਇਹ ਗੱਲ ਤੂੰ ਕਿੰਨੀਆਂ ਇਹ ਗੱਲ ਆਖਣੀ ਹੈ ਵੀ ਤੂੰ ਸਾਰੇ ਸੋ। ਅਸ ਦੋਵੇਂ ਫੈਮਿਲੀਆਂ ਗਈਆਂ, ਖਾਲਦਾ ਔਰ ਵੀ ਸਨ, ਅਸਾਂ ਵੀ ਸਾਂ, ਅਤੇ ਮਾੜੀ ਪੁਆਰ ਵੀ ਉਸ ਰੋਟੀ ਪਕਾਏ ਤਾਂ ਅਸ ਗਿਆਂ ਤਾਂ ਉਸ ਕਸਟਰ ਅੱਗੇ ਬਣਾਏ ਆ ਤੈ ਇਹ ਕਿ ਜਦੋਂ ਆ ਗਜਰੇਲਾ ਘਰ ਬਣਾਏ ਤਾਂ ਹਰ ਚੀਜ਼। ਮੈਂ ਆ ਮਾਵਾਂ ਕਦੇ ਬੁਰਾ ਨਾ ਮੰਨੋ, ਅਤੇ ਮੈਂ ਕੀ ਤੁਸੀਂ ਕਸਟਰ ਨਹੀਂ ਤਾਂ ਇਸ ਨੂੰ ਗਜਰੇਲੇ ਨਹੀਂ ਜਾਏ ਦੱਸੋ ਵੇ। ਆਖਣ ਕੇ ਪੁੱਤਰਾ ਇਹ ਕਹਿ ਕੇ ਤੂੰ ਗੱਲ ਬਾਈ ਗਿਆ ਬਾਈ ਜਿਹੜੀ ਗਿਆ ਨਾ ਪੁੱਛਿਆ ਤਾਂ ਕਿਹਾ ਮੈਂ ਤੂੰ ਕੀ ਦੱਸਾਂ ਜਾਣਾ ਦੱਸਣ। ਮੈਂ ਗਈ ਉਹਨਾਂ ਗਾਇਰਾਂ ਜਿਹੜੀਆਂ ਨਾ ਕੀਤੀਆਂ ਮੂਲੀ ਪੁੱਤਰਾ ਜਾਣੀ ਇਸਨੇ ਪਰ ਗਾਇਰਾਂ ਸਭ ਰਗੜੀਆਂ ਬੁੱਢੇ ਰਗੜੇ ਕਹਿਣਾ ਮੀਆਂ ਤੂੰ ਪਹਿਲਾਂ ਦਿਹਾੜਾ ਬੇਕ ਹੈ ਮਾੜੇ ਕੋਲ।